ਦਾ ਡੇਰਾ ਅੱਜ ਕੱਲ ਸੰਤ ਬਾਬਾ ਜਵਾਲਾ ਸਿੰਘ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮੈਂ ਤੇਰੇ ਦਰ ਦਾ ਸੇਵਾਦਾਰ ਭਾਈ ਜਵਾਲਾ ਸਿੰਘ ਬੇਨਤੀ ਕਰਨਾ ਮੇਰਾ ਖਾਨਾ ਖਰਾਬ ਹੋ ਜਾਏ ਮੇਰਾ ਬੇੜਾ ਗਰਕ ਹੋ ਜਾਏ। ਉਹ ਕਹਿੰਦਾ ਮੈਂ ਪਾਗਲਾ ਮੈਂ ਕਵਾਂ ਕਹਿਣ ਲੱਗੇ ਬਸ ਤੇਰਾ ਤੇ ਸਾਡਾ ਇੰਨਾ ਫਰਕ ਹੈ ਜਿਹਨੂੰ ਆਪਾਂ ਗੁਰਬਾਣੀ ਚ ਕਹਿੰਦੇ ਆਪਣਾ ਬਗਾਰ ਬਰਾਨਾ ਸਾਂਢੇ ਆਪਣੀ ਝੁੱਗੀ ਨੂੰ ਅੱਗ ਲਾ ਕੇ ਦੂਜਿਆਂ ਦੀ ਵਸਾਉਣੀ ਇਹ ਸੰਤ ਦਾ ਕਰਮ ਹੈ।